ਗਿੱਦੜਵਾ ਮੰਡੀ ਦੇ ਆਸੇ ਪਾਸੇ ਦੇ ਦਰਸ਼ਕ ਆਹ ਵੀਡੀਓ ਜ਼ਰੂਰ ਦੇਖਿਓ ਅਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ। ਸਤਿ ਸ਼੍ਰੀ ਅਕਾਲ ਸਾਰੀ ਫੇਸਬੁੱਕ ਫੈਮਿਲੀ ਨੂੰ, ਮੈਂ ਆਪਣਾ ਤੁਹਾਡਾ ਸਵਾਗਤ ਕਰਦੇ ਹਾਂ ਮਦਨ ਰਾਮ ਫੇਸਬੁੱਕ ਪੇਜ 'ਤੇ। ਅਤੇ ਆਪਾਂ ਖਾਲਸਾ ਸਰਦਾਈ ਵਾਲੇ ਬਾਬਾ ਨੂੰ ਮਨਾਉਂਦੇ ਹਾਂ ਗਿੱਦੜਵਾ ਮੰਡੀ ਦੇ ਵਿੱਚ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਪੇਜ ਨੂੰ ਕਰੋ ਫੋਲੋ, ਅਤੇ ਤੁਹਾਨੂੰ ਬਾਬਾ ਜੀ ਨਾਲ ਮਿਲਾਉਂਦੇ ਹਾਂ। ਆ ਜਾਓ ਬਾਬਾ ਜੀ ਨਾਲ ਮਿਲਾ ਰਹੇ ਹਾਂ। ਬਾਬਾ ਜੀ ਬਣਾ ਰਹੇ ਨੇ ਬਦਾਮ, ਕਾਜੂ, ਮਗਜ਼, ਖਸਖਸ ਅਤੇ ਕਾਲੀਆਂ ਮਿਰਚਾਂ ਪਾ ਕੇ ਬਹੁਤ ਵਧੀਆ ਸਰਦਾਈ ਬਣਾ ਰਹੇ ਆ। ਆਪਣੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਅਪੀਲ ਆ ਕਿ ਨਸ਼ੇ ਤੋਂ ਦੂਰ ਹੋ ਕੇ ਆਹ ਚੀਜ਼ ਪੀਆ ਕਰੋ, ਗਰਮੀ ਦਾ ਲਾਜਵਾਬ ਤੋਹਫ਼ਾ। ਅਤੇ ਬਾਬਾ ਜੀ ਤੋਂ ਪੁੱਛਦੇ ਵੀ ਕੀ ਕੀ ਪਾ ਕੇ ਬਣਾਉਂਦੇ ਅਤੇ ਕਿੰਨੇ ਸਮੇਂ ਤੋਂ ਲੈ ਕੇ ਕਿੰਨਾ ਸਮਾਂ ਤੱਕ ਰਹਿੰਦੇ। ਆ ਜਾਓ ਇਹਨੂੰ ਵਰਤਿਆ ਕਰੋ, ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਦਿਮਾਗ ਦੀ ਤੰਦਰੁਸਤੀ ਦੇ ਲਈ। ਆਪਣੇ ਕੋਕਾਂ ਕਾਕਾਂ ਦਾ ਖਿਹੜਾ ਛੱਡੋ, ਜੋ ਆਪਣੇ ਕੈਮੀਕਲ ਵਾਲੇ ਸੁੱਟਦੇ ਆ ਛੱਡ ਕੇ ਸਰਦਾਈ ਪੀਆ ਕਰੋ, ਬਹੁਤ ਹੀ ਸਰੀਰ ਨੂੰ ਤਾਕਤ ਦਿੰਦੀ ਹੈ। ਅਗੇ ਬਾਬਾ ਜੀ ਨੂੰ ਪੁੱਛਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਦੋਂ ਕਿੰਨਾ ਟਾਈਮ ਲਾਉਣੇ ਤੁਸੀਂ ਬਾਬਾ, ਕਦੋਂ ਤੋਂ ਸੁਬਹਾ ਤੋਂ ਸ਼ਾਮ ਤੋਂ ਕੀ ਟਾਈਮ ਆ ਤੁਹਾਡਾ? ਸਾਡਾ ਟਾਈਮ ਵਾਹਿਗੁਰੂ, ਸਾਡਾ ਟਾਈਮ ਹੈਗਾ ਸ਼ਾਮ ਨੂੰ 4 ਵਜੇ ਦਾ ਟਾਈਮ ਹੈ। ਸ਼ਾਮ ਨੂੰ 4 ਤੋਂ 4 ਵਜੇ ਦਾ ਟਾਈਮ ਹੈ। ਅਸੀਂ ਕੋਈ ਸਿਧਾ ਵੀ ਇਕੱਠਾ ਕਰਨਾ ਹੁੰਦਾ, ਜੋ ਵੀ ਸਮੱਗਰੀ ਆ ਉਹ ਇਕੱਠੀ ਕਰਕੇ ਲੈ ਕੇ ਆਉਣੀ ਪੈਂਦੀ ਹੈ ਬਜ਼ਾਰੋਂ, ਟਾਈਮ ਲੱਗ ਜਾਂਦਾ ਥੋੜ੍ਹਾ ਥੋੜ੍ਹਾ। ਬਾਕੀ ਨਵਾਂ ਤੇਰਾ, ਅਸੀਂ 4 ਵਜੇ ਸ਼ੁਰੂ ਕੀਤਾ ਕੰਮ। ਠੀਕ ਹੈ ਬਾਬਾ ਜੀ। ਹੌਲੀ ਹੌਲੀ ਬਸ ਅਸੀਂ ਜਿਵੇਂ ਸੰਗਤ ਬਾਕੀ ਭੈਣ ਭਰਾ ਜਿਵੇਂ ਆਈ ਜਾਣਗੇ ਉਵੇਂ ਅਸੀਂ ਡਿਊਟੀ ਦੇਵਾਂਗੇ, ਵੱਧ ਤੋਂ ਵੱਧ ਦੇਵਾਂਗੇ ਡਿਊਟੀ। ਠੀਕ ਹੈ ਬਾਬਾ ਜੀ। ਅਤੇ ਇਹਦੇ ਵਿੱਚ ਕੀ ਕੀ ਕੁਛ ਪਾਉਣੇ ਬਾਬਾ ਜੀ ਤੁਸੀਂ? ਇਹਦੇ ਵਿੱਚ ਦੇਖੋ ਇੱਧਰ ਖਸਖਸ, ਪਹਿਲਾਂ ਤਾਂ ਬਦਾਮ ਆ ਗਏ, ਕਾਜੂ ਆ ਗਏ। ਠੀਕ ਹੈ ਜੀ। ਠੀਕ ਹੈ, ਮਗਜ਼ ਆ ਗਏ, ਖਸਖਸ ਆ ਗਈ। ਠੀਕ ਹੈ, ਹਰ ਤਰ੍ਹਾਂ ਦੀ ਬਿਮਾਰੀ ਜਿਹੜੀ ਹੈ ਦੂਰ ਹੋਊਗੀ ਇਹ ਚੀਜ਼ ਤਾਂ। ਠੀਕ ਹੈ, ਠੀਕ ਹੈ ਜੀ। ਕੋਈ ਢੂਈ ਗੋਡੇ ਮੋਢੇ ਦੁਖਦੇ ਹੋਣ, ਖਸਖਸ ਜੋ ਇਹ ਹੈਗੀ ਹੈ ਰਸਤੇ ਛਕ ਲੂਗਾ ਜਿਹੜਾ ਸਰਦਾਈਆਂ ਚੜ੍ਹਦੀ ਕਲਾ ਚੋ। ਠੀਕ ਹੈ ਬਾਬਾ ਜੀ। ਬਾਕੀ ਪ੍ਰਾਪਤਮ ਖੁਰਾਕਾਂ ਇਹ ਆਪਣੀਆਂ ਨੌਜਵਾਨ ਤੇ ਨਸ਼ੇ ਤੋਂ ਵੀ ਦੂਰ ਹੋਣਗੇ, ਜੇ ਸਰਦਾਈਆਂ ਛਕਣਗੇ ਤੇ ਨਸ਼ੇ ਤੋਂ ਵੀ ਦੂਰ ਹੋਣਗੇ ਵਾਹਿਗੁਰੂ। ਬਾਬਾ ਜੀ ਦਾ ਕਹਿਣ ਦਾ ਮਤਲਬ ਵੀ ਜਦੋਂ ਕਾਜੂ, ਬਦਾਮ, ਪਿਸਤਾ, ਹਰੀ ਇਲਾਚੀ ਪਾ ਕੇ, ਮਗਜ਼ ਪਾ ਕੇ, ਕਾਲੀ ਮਿਰਚ ਖਸਖਸ ਪਾ ਕੇ ਜਦੋਂ ਨੌਜਵਾਨ ਲੈਣਗੇ, ਜਿਹੜਾ ਆਪਣੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ, ਉਹਦੇ ਵਿੱਚ ਸਰੀਰ ਨੂੰ ਤਾਕਤ ਦਿੰਦੀ ਹੈ, ਕਿਸੇ ਦੀ ਵੀ ਗੋਡੇ ਮੋਢੇ ਜੋੜਾਂ 'ਚ ਦਰਦ ਹੁੰਦਾ, ਦਿਮਾਗ ਦੀ ਚੁਸਤੀ ਵੀ ਵਧਾਉਂਦਾ, ਬਹੁਤ ਵਧੀਆ ਚੀਜ਼ ਹੈ ਬਾਬਾ ਜੀ। ਤੁਸੀਂ ਮੰਨ ਕੇ ਚੱਲੋ ਅਤੇ ਕੀ ਰੇਟ ਦਿੰਦੇ ਬਾਬਾ ਜੀ ਇਹ ਗਲਾਸ? ਇੱਕ 2 ਤਰ੍ਹਾਂ ਦੇ ਆਪਣੇ ਕੋਲ ਗਲਾਸ, ਇੱਕ 30 ਰੁਪਏ, ਇੱਕ ਛੋਟਾ 30 ਰੁਪਏ, ਵੱਡਾ 50 ਰੁਪਏ, ਇਹ ਰੱਖਿਆ ਰੇਟ। ਪੈਕਿੰਗ ਦਾ ਵੀ ਖਾਸ ਪ੍ਰਬੰਧ ਆ ਦੇਖਿਆ? ਹਾਂ, ਪੈਕਿੰਗ ਕਰਨ ਵਾਸਤੇ ਵੀ ਸਾਡੇ ਕੋਲ ਹੈਗਾ ਪ੍ਰਬੰਧ। ਕੋਈ ਹੁਣ ਮੰਨ ਕੇ ਚਲੋ ਇੱਥੇ ਤਾਂ ਆ ਜਾਂਦੇ ਆ, ਠੀਕ ਹੈ, ਜਿਹੜੇ ਘਰ ਦੇ ਰਹਿ ਜਾਂਦੇ, ਬੱਚੇ ਛੋਟੇ ਰਹਿ ਜਾਂਦੇ ਆ, ਜਾਂ ਕੋਈ ਭੈਣਾਂ ਬੀਬੀਆਂ ਰਹਿ ਜਾਂਦੀਆਂ, ਉਹਨਾਂ ਵਾਸਤੇ ਘਰੇ ਵੀ ਲਿਜਾ ਸਕਦਾ। ਠੀਕ ਹੈ। ਤੇ ਬਾਬਾ ਜੀ ਆਹ ਮੰਨ ਕੇ ਚੱਲ ਆਹ ਚੀਜ਼ ਨੂੰ ਕੀ ਕਹਿੰਦੇ ਬਾਬਾ, ਕਿਹੜੀ ਲੱਕੜ ਦੀ ਚੀਜ਼ ਆ ਬਣਿਆ ਇਹਨੂੰ ਕੀ ਕਹਿੰਦੇ? ਇਹ ਨਿੰਮ ਦਾ ਸਲੋਤਰ ਵੱਜਦਾ ਵਾਹਿਗੁਰੂ। ਸਲੋਤਰ ਵੱਜਦਾ ਜੀ, ਸਲੋਤਰ ਵੱਜਦਾ। ਠੀਕ ਹੈ, ਠੀਕ ਹੈ ਜੀ। ਇਹ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਬਾਬਾ ਜੀ? ਇਹਦੇ ਤੇ
ਘੱਟੋ ਘੱਟ ਡੇਢ ਜਾਂ ਦੋ ਘੰਟੇ ਲੱਗਦੇ ਵਾਹਿਗੁਰੂ, ਟਾਈਮ ਲੱਗ ਜਾਂਦਾ ਕਾਫੀ, ਫਿਰ ਤਿਆਰ ਹੁੰਦੀ ਹੈ। ਆਹ ਦੇਖੋ ਤੁਸੀਂ, ਆ ਕੇ ਦੇਖੋ ਵੀ ਇਹ ਇੱਕ ਚੀਜ਼ ਹੈ, ਜਦੋਂ ਇਹਦੇ ਥੱਲੇ ਆਉਂਦੀ ਹੈ ਤੇ ਬੀਨਾ ਸੁਣਦਾ ਜਾਂਦਾ। ਉਦੋਂ ਬਾਅਦ ਕੀ ਲੈਂਦੇ ਆ, ਇਹਦੇ ਚ ਤਸੀਰਾਂ ਜਿਹੜੀਆਂ ਹੁੰਦੀਆਂ ਠੰਡੀਆਂ, ਉਹ ਤਿਆਰ ਹੁੰਦੀਆਂ। ਹੌਲੀ ਹੌਲੀ ਲੱਕੜ ਦੀ ਜਿਹੜੀ ਹੈਗੀ ਆ, ਲੱਕੜ ਦਾ ਲੱਗਦਾ ਰਸ, ਜਿਵੇਂ ਮੰਨ ਕੇ ਅਰਕ ਕਹਿ ਲਓ, ਅਰਕ ਨਿਕਲ ਨਿਕਲ ਕੇ ਲੱਕੜ ਦਾ ਜਾਂਦਾ, ਇਹ ਸਾਰੀਆਂ ਬਸ ਬਹੁਤ ਵਧੀਆ। ਪੇਟ ਦੀਆਂ ਬਿਮਾਰੀਆਂ ਵਾਸਤੇ ਵੀ ਬਹੁਤ ਫਾਇਦੇਮੰਦ ਹੈ ਲੱਕੜ ਜਿਹੜੀ ਨਿੰਮ ਦੀ ਹੈ। ਇਹਦੇ ਨਾਲ ਕਾਫੀ ਬਿਮਾਰੀਆਂ ਵੀ ਜਿਵੇਂ ਕਹਿ ਲਓ ਸ਼ੂਗਰ ਵਗੈਰਾ ਵੀ ਠੀਕ ਹੁੰਦੀ ਹੈ ਚੀਜ਼ਾਂ ਨਾਲ, ਹੋਰ ਕਾਫੀ ਬਿਮਾਰੀਆਂ ਦੇ ਅਨੇਕਾਂ ਬਿਮਾਰੀਆਂ ਨਿੰਮ ਦੀ ਲੱਕੜ ਦੇ ਨਾਲ ਠੀਕ ਹੁੰਦੀਆਂ। ਪਹਿਲਾਂ ਆਪਣੇ ਜਵਾਨੇ 'ਚ ਇਹ ਚੀਜ਼ਾਂ ਪੀਂਦੇ ਤਾਂ ਕੋਈ ਬਿਮਾਰ ਨਹੀਂ ਹੁੰਦਾ, ਕੋਈ ਬਿਮਾਰੀਆਂ ਨਹੀਂ ਹੁੰਦੀਆਂ, ਕੁਛ ਨਹੀਂ ਹੁੰਦਾ ਸੀ। ਆਮ ਪੁਰਾਣੇ ਜ਼ਮਾਨੇ 'ਚ ਨਿੰਮ ਦਾ ਘੋਟਾ ਵੀ ਆਪਣੇ ਚਟਨੀ ਖਾਤਰ, ਨਿੰਮ ਦਾ ਘੋਟਾ ਹੀ ਵਰਤਦੇ ਸੀ ਬਾਬੇ। ਹਾਂਜੀ ਭਾਅ ਜੀ, ਠੀਕ ਹੈ ਬਾਬਾ। ਚਲੋ ਬਾਬਾ ਜੀ ਧੰਨਵਾਦ, ਆਪਾਂ ਹਰ ਇੱਕ ਨੂੰ ਅਪੀਲ ਕਰਦੇ ਹਾਂ, ਗੜਵਾ ਮੰਡੀ ਦੇ ਵਿੱਚ ਆਪਣੇ ਬਾਬਾ ਗੰਗਾ ਰਾਜ ਦੇ ਨੇੜੇ, ਬਿਲਕੁਲ ਸ਼ਮਸ਼ਾਨ ਘਾਟ ਦੇ ਸਾਹਮਣੇ ਬਾਬਾ ਜੀ ਸਰਦਾਈ ਬਣਾਉਂਦੇ ਨੇ, ਆ ਕੇ ਹਰ ਇੱਕ ਬਾਜ਼ਾਰ ਚ ਆਉਂਦੇ ਆ, ਬਾਬਾ ਜੀ ਸਰਦਾਈ ਦਾ ਆਨੰਦ ਮਾਣਨ, ਬਹੁਤ ਵਧੀਆ ਚੀਜ਼ ਹੈ। ਗਰਮੀ ਦਾ ਲਾਗਵਾ ਆਪਣੇ ਠੰਡੇ ਛੋਟੇ ਕੋਕਾ ਕੋਲਾ ਪੈਪਸੀ ਵਗੈਰਾ ਛੱਡ ਕੇ ਬਾਬੇ ਦੀ ਸਰਦਾਈ ਆ ਕੇ ਪੀਓ, ਨਾਲੇ ਵਾਜਬ ਰੇਟ, ਛੋਟਾ ਗਲਾਸ 30 ਰੁਪਏ ਤੇ ਵੱਡਾ ਗਲਾਸ 50 ਰੁਪਏ ਸਿਰਫ, ਆਓ ਬਾਬਾ ਜੀ ਦੇ ਸਰਦਾਈ ਦਾ ਆਨੰਦ ਲਓ। ਤਾਂ ਬਾਬਾ ਜੀ ਧੰਨਵਾਦ,